ਗਰਮੀ ਵਾਲੀ ਸਰਕਾਰ ਹੁਜ਼ੂਰੀ ਚ ਬੈਠੇ ਤੇ ਸਾਹਮਣੇ ਖਵਾਜਾ ਸਾਹਿਬ ਆ ਰਹੇ ਆ। ਖਵਾਜਾ ਸਾਹਿਬ ਆਏ ਬੈਠੇ ਬਿਰਾਜਮਾਨ ਹੋਏ, ਖਾਤਰਦਾਰੀ ਕੀਤੀ। ਖਵਾਜਾ ਸਾਹਿਬ ਨੂੰ ਗਿਆਰਵੀਂ ਵਾਲੀ ਸਰਕਾਰ ਖੁਦ ਮਿਹਰਬਾਨੀ ਮਹਿਬੂਬ ਸੁਬਾਨੀ ਅਗਾਓ ਸਦਰ ਕਾਜ ਜਲਾਨੀ ਡੁੱਬੀਆਂ ਤਾਰਨ ਵਾਲੇ ਮੋਹਿਆ ਜਾਨਾਂ ਪਾਉਣ ਵਾਲੇ ਸਰਕਾਰ ਨੇ ਫਰਮਾਨ ਕੀਤਾ। ਕਹਿਣ ਲੱਗੇ ਖਵਾਜਾ ਸਾਹਿਬ ਤੁਹਾਡਾ ਕੋਈ ਮਨ ਦਾ ਵਿਚਾਰ ਹੋਵੇ, ਦਿਲ ਦੀ ਇੱਛਾ ਹੋਵੇ ਤਾਂ ਦੱਸੋ। ਖਵਾਜਾ ਸਾਹਿਬ ਕਹਿੰਦੇ ਸਰਕਾਰ ਕਹਿੰਦੇ ਜਿਵੇਂ ਅੱਜ ਸਾਰੇ ਸਜੇ ਆ, ਬੜਾ ਮਨ ਸੀ ਕੋਈ ਕਵਾਲ ਹੁੰਦਾ ਤੇ ਕਵਾਲੀ ਕਰੀਏ। ਭਲਿਆ ਲੋਕਾਂ, ਗਿਆਰਵੀਂ ਵਾਲੀ ਸਰਕਾਰ ਨੇ ਆਪਣੇ ਮੁਰੀਦ ਨੂੰ ਆਵਾਜ਼ ਮਾਰੀ, ਗੱਲ ਸੁਣੋ, ਤਲਵੰਡੀ ਤੋਂ ਫਲਾਣੇ ਪਿੰਡ ਤੋਂ ਤਲਵੰਡੀ 'ਚ ਇੱਕ ਕਵਾਲ ਆ, ਉਹ ਕਵਾਲ ਨੂੰ ਬੁਲਾ ਕੇ ਲਿਆ, ਉਹਨੂੰ ਕਹਿ ਤੈਨੂੰ ਗਿਆਰਵੀਂ ਵਾਲੀ ਸਰਕਾਰ ਨੇ ਯਾਦ ਕੀਤਾ। ਭਲਿਆ ਲੋਕਾਂ, ਗਿਆਰਵੀਂ ਵਾਲੀ ਸਰਕਾਰ ਦਾ ਫਰਮਾਨ ਲੈ ਕੇ ਉਹਦੇ ਕੋਲ ਗਿਆ। ਜਦੋਂ ਕਵਾਲ ਦੇ ਘਰੇ ਆਵਾਜ਼ ਮਾਰੀ, ਕਹਿੰਦੇ ਬੀਬੀ ਕਵਾਲ ਸਾਹਿਬ ਘਰੇ ਹੀ ਆ। ਉਹ ਅੱਖਾਂ 'ਚੋਂ ਅੱਥਰੂ ਸੁੱਟ ਕੇ ਕਹਿੰਦੀ, ਕਹਿੰਦੇ ਬਾਬਾ ਉਹਨੂੰ ਤੇ 7 ਦਿਨ ਹੋ ਗਏ, ਫੌਤ ਹੋ ਗਿਆ ਤੇ ਮਰ ਗਿਆ। ਹੈਂ, ਬੜਾ ਮਾੜਾ ਹੋਇਆ। ਜਾ ਕੇ ਗਿਆਰਵੀਂ ਵਾਲੀ ਸਰਕਾਰ ਨੂੰ ਫਰਮਾਨ ਕੀਤਾ, ਸਰਕਾਰ ਬੜੀ ਬੁਰੀ ਖਬਰ ਆ। ਸਰਕਾਰ ਕਹਿੰਦੇ ਕੀ ਖਬਰ ਆ? ਕਹਿੰਦੇ ਜਿਹਨੂੰ ਬੁਲਾਉਣ ਲਈ ਭੇਜਿਆ ਸੀ ਉਹ ਫੌਤ ਹੋ ਗਿਆ, 7 ਦਿਨ ਹੋ ਗਏ ਮਰੇ ਨੂੰ, ਹੁਣ ਕੀ ਕਰੀਏ? ਖਵਾਜਾ ਸਾਹਿਬ ਕਹਿੰਦੇ ਜਿਹੜੇ ਚਲੇ ਜਾਂਦੇ ਉਹ ਕਿੱਥੇ ਮੁੜਦੇ ਆ? ਕੋਈ ਗੱਲ ਨਹੀਂ, ਪਰ ਇੱਕ ਗੱਲ ਕਵਾਂ, ਕਵਾਲੀ ਸੁਣਦਾ ਮਨ ਬੜਾ ਸੀ। ਇਹਨਾਂ 'ਚ ਜਲਾਲ ਦੇ ਵਿੱਚ ਆ ਕੇ ਗਿਆਰਵੀਂ ਵਾਲੀ ਸਰਕਾਰ ਕਹਿਣ ਲੱਗੇ, ਕਹਿੰਦੇ ਜੇ ਕਵਾਲੀ ਸੁਣਦਾ ਮਨ, ਆਪਣੇ ਮਰੀਦ ਨੂੰ ਕਿਹਾ ਜਾਓ, ਉਸ ਬੀਬੀ ਨੂੰ ਪੁੱਛ ਵੀ ਆਪਣੇ ਘਰ ਵਾਲੇ ਦੀ ਕਬਰ ਦੱਸੇ, ਕਬਰ ਕਿੱਥੇ ਆ? ਉਹਦੀ ਕਬਰ 'ਤੇ ਜਾ ਕੇ ਆਵਾਜ਼ ਮਾਰ, ਤੈਨੂੰ ਗਿਆਰਵੀਂ ਵਾਲੀ ਸਰਕਾਰ ਨੇ ਯਾਦ ਕੀਤਾ। ਕਬਰ ਨੂੰ ਪੁੱਛ ਕੇ ਕਬਰ 'ਤੇ ਗਿਆ, ਆਵਾਜ਼ ਮਾਰੀ, ਭਾਈ ਮੈਨੂੰ ਨਹੀਂ ਪਤਾ ਤੂੰ ਕੌਣ ਹੈ, ਤੈਨੂੰ ਕੁਤਬੇਰਬਾਨੀ ਮਹਿਬੂਬੇ ਸੁਹਾਨੀ ਯਾ ਗਾ ਸਦਰ ਕਾ ਜਲਾਨੀ। ਗਿਆਰਵੀਂ ਵਾਲੀ ਸਰਕਾਰ ਨੇ ਯਾਦ ਕੀਤਾ। ਓਏ ਭੜਿਆ ਲੋਕਾਂ, ਇੰਨੀ ਗੱਲ ਸੁਣ ਕੇ ਉਹ ਕਵਾਲ ਕਬਰ 'ਚੋਂ ਉੱਠ ਕੇ ਖੜਾ ਹੋ ਗਿਆ, ਕਬਰ 'ਚੋਂ ਉੱਠ ਕੇ ਖੜਾ ਹੋ ਗਿਆ। ਜਦੋਂ ਘਰ ਵੱਲ ਗਿਆ, ਤੁਰਨ ਲੱਗਾ, ਲੋਕੀ ਇੱਧਰ ਉੱਧਰ ਤੁਰਨ ਲੱਗ ਪਏ, ਕਿਤੇ ਭੂਤ ਪ੍ਰੇਤ ਆ ਗਿਆ। ਉਹ ਕਹਿੰਦਾ ਨਹੀਂ, ਆਏ ਮੈਨੂੰ ਅੱਲਾ ਪਾਕ ਦੇ ਘਰੋਂ ਗਿਆਰਵੀਂ ਵਾਲੀ ਸਰਕਾਰ ਨੇ ਆਵਾਜ਼ ਮਾਰੀ ਆ। ਆਏ ਭੜਿਆ ਲੋਕਾਂ, ਇਹਨਾਂ ਪੀਰਾਂ ਦੀ ਦਾਸਤਾਨ ਪਤਾ ਕੀ ਹੈ? ਇੰਨੀ ਗੱਲ ਨਹੀਂ, ਉਹ ਆਪਣੇ ਹਾਰਮੋਨੀਅਮ ਤਬਲੇ ਲੈ ਕੇ ਕਬਰਸਤਾਨ ਵੱਲ ਜਾਂਦਾ ਜਾਂਦਾ ਆਵਾਜ਼ ਮਾਰ ਕੇ ਕਹਿੰਦਾ, ਓਏ ਆ ਜਾਓ, ਜਿਹਨੇ ਪੀਰਾਂ ਦੇ ਦਰਬਾਰ ਤੇ ਮਹਿਫਲ ਸੁਣਨੀ ਆ, ਤੁਹਾਨੂੰ ਗਿਆਰਵੀਂ ਵਾਲੀ ਸਰਕਾਰ ਨੇ ਯਾਦ ਕੀਤਾ। ਜਿਹੜੇ ਕਈ ਸਾਲਾਂ ਤੋਂ ਮਰੇ ਸੀ ਉਹ ਵੀ ਉੱਠ ਕੇ ਤੁਰ ਪਏ, ਉਹ ਦਰਬਾਰ ਨੇ ਬਾਬਾ ਜੀ, ਇਹ ਉਹ ਦਰਬਾਰ ਨੇ। ਉਜੜੀ ਵਸਾਉਣੀ ਮੇਰਾ ਪੀਰ ਜਾਣਦਾ, ਤੇਰੀ ਬੰਨੇ ਲਾਉਣੀ ਦਸਤ ਜੀਰ ਜਾਣਦਾ, ਉਜੜੀ ਵਸਾਉਣੀ ਮੇਰਾ ਪੀਰ ਜਾਣਦਾ, ਆ ਤੇਰੀ ਬੰਨੇ ਲਾਉਣੀ ਦਸਤ ਜੀਰ ਜਾਣਦਾ, ਉਜੜੀ ਵਸਾਉਣੀ ਮੇਰਾ ਪੀਰ ਜਾਣਦਾ, ਤੇਰੀ ਬੰਨੇ ਲਾਉਣੀ।